ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤੇ ਉਸ ਵਿਅਕਤੀ ਦਾ ਕਹਿਣਾ ਕਿ ਉਸ ਨੂੰ ਗਲਤ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇੱਥੋਂ ਤੱਕ ਕਿ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਸਮੇਂ ਉਸ ਦੀ ਜੇਬ ਦੇ ਵਿੱਚ 16,000 ਰੁਪਏ ਸੀ ਜੋ ਕਿ ਉਹ ਵੀ ਪੁਲਿਸ ਮੁਲਾਜ਼ਮਾਂ ਨੇ ਖੋਹ ਲਏ ਤੇ ਉਸ ਦੇ ਉੱਤੇ ਲੋਟਰੀ ਐਕਟ ਦੇ ਤਹਿਤ ਗਲਤ ਮਾਮਲਾ ਦਰਜ ਕੀਤਾ ਗਿਆ। ਤਾਂ ਖਬਰ ਮਲੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਪੁਲਿਸ ਵਾਲੇ ਦੇ ਉੱਤੇ ਕਾਫੀ ਗੰਭੀਰ ਇੱਕ ਵਿਅਕਤੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਤੇ ਉਸ ਵਿਅਕਤੀ ਦੇ ਵੱਲੋਂ ਆਪਣੀ ਬੇਗੁਨਾਹੀ ਇੱਕ CCTV ਦੇ ਮਾਧਿਅਮ ਦੇ ਰਾਹੀਂ ਸਾਬਿਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ ਪਹਿਲਾਂ ਤਾਂ ਇਹ CCTV ਤਸਵੀਰ ਦੇਖੋ ਜਿਸ ਦੇ ਵਿੱਚ ਇੱਕ ਵਿਅਕਤੀ ਬਾਈਕ ਦੇ ਉੱਤੇ ਆਉਂਦਾ ਟੋਪੀ ਲਾ ਕੇ ਤੇ ਸਾਹਮਣੇ ਖੜ੍ਹੇ ਇੱਕ ਸਫੇਦ ਰੰਗ ਦੇ ਕੁੜਤੇ ਪਜਾਮੇ ਪਾਏ ਵਿਅਕਤੀ ਨੂੰ ਆਪਣੇ ਨਾਲ ਫੜਦਾ ਹੱਥ ਉਸਦਾ ਤੇ ਪਿੱਛੋਂ ਦੀ ਆਈ ਗੱਡੀ ਦੇ ਵਿੱਚ ਉਸਨੂੰ ਬਿਠਾ ਦਿੰਦਾ ਹੈ। ਹਾਲਾਂਕਿ ਜੋ ਦਾਅਵਾ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ, ਜੋ FIR ਦਰਜ ਕੀਤੀ ਗਈ ਹੈ ਪੁਲਿਸ ਦੇ ਵੱਲੋਂ, ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਤਾਂ ਇਸ ਦੇ ਕੋਲ ਇੱਕ ਲੈਪਟਾਪ ਵੀ ਸੀ, ਜਦਕਿ CCTV ਦੇ ਵਿੱਚ ਅਜਿਹਾ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਦੂਜੀ ਗੱਲ ਇਹ ਕਿ ਪੁਲਿਸ ਨੇ ਇਹਨੂੰ ਸਾਦੀ ਵਰਦੀ ਦੇ ਵਿੱਚ, ਯਾਨੀ ਕਿ ਜੋ ਸਿਵਲ ਡਰੈਸ ਦੇ ਵਿੱਚ ਕਰਮਚਾਰੀਆਂ ਨੇ ਹਿਰਾਸਤ ਦੇ ਵਿੱਚ ਲਿਆ, ਜੇਕਰ ਉਹ ਪੁਲਿਸ ਵਾਲੇ ਸੀ ਤਾਂ ਅਜਿਹਾ ਕਿਉਂ ਕੀਤਾ ਗਿਆ, ਇਸ ਦੇ ਬਾਰੇ ਪੁਲਿਸ ਦੇ ਵੱਲੋਂ ਹਾਲੇ ਕੁਝ ਵੀ ਨਹੀਂ ਕਿਹਾ ਗਿਆ। ਤੀਸਰੀ ਗੱਲ ਇਹ ਕਹੀ ਜਾ ਰਹੀ ਹੈ ਕਿ ਜਦੋਂ ਇਸ ਵਿਅਕਤੀ ਦੇ ਕੋਲੋਂ 880 ਰੁਪਏ ਬਰਾਮਦ ਕੀਤੇ ਗਏ ਤਾਂ ਉਸਦੀ ਵੀਡੀਓਗ੍ਰਾਫੀ ਕਿਉਂ ਨਹੀਂ ਹੋਈ ਅਤੇ ਇਸਦਾ ਸਬੂਤ ਜੋ ਹੈ ਪੁਲਿਸ ਦੇ ਵੱਲੋਂ ਕੋਰਟ 'ਚ ਕਿਉਂ ਨਹੀਂ ਪੇਸ਼ ਕੀਤਾ ਗਿਆ। ਤਾਂ ਇਸ ਨੂੰ ਲੈ ਕੇ ਵੀ ਉਸ ਵਿਅਕਤੀ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਅਤੇ ਇਸ ਦੇ ਨਾਲ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਜੇਕਰ ਇਹ ਦੋਵੇਂ ਮੁੰਡੇ ਪੁਲਿਸ ਵਾਲੇ ਸੀ ਤਾਂ ਇਹ ਸਿਵਲ ਡਰੈਸ 'ਚ ਕਿਉਂ ਆਏ, ਜੇਕਰ ਸਿਵਲ ਡਰੈਸ ਦੇ ਵਿੱਚ ਆਏ ਤਾਂ ਆਖਰ ਇਹ ਉਸਦੇ ਘਰ ਦੇ ਅੰਦਰ ਕਿਉਂ ਨਹੀਂ ਗਏ, ਆਲੇ ਦੁਆਲੇ ਤੋਂ ਪੁੱਛ ਪੜਤਾਲ ਕਿਉਂ ਨਹੀਂ ਕੀਤੀ ਗਈ। ਇਸ ਨੂੰ ਵੀ ਲੈ ਕੇ ਵੱਡੇ ਸਵਾਲ ਜੋ ਨੇ ਉਹ ਹੁਣ ਪੁਲਿਸ ਦੇ ਉੱਤੇ ਖੜ੍ਹੇ ਹੁੰਦੇ ਨਜ਼ਰ ਆ ਰਹੇ ਨੇ। ਅਤੇ ਇਸ ਦੇ ਨਾਲ ਹੀ ਜਦੋਂ ਇਸ ਸੰਬੰਧੀ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਵੀ ਆਪਣਾ ਪੱਲਾ ਝਾੜ ਲਿਆ। ਜੇ ਅਸੀਂ ਬਾਹਰ ਖੜ੍ਹੇ ਹਾਂ ਮਾਂ ਪੁੱਤ ਅਤੇ ਪੈਸੇ ਦੇਣੇ ਸੀ ਕਿਸੇ ਨੂੰ, ਇਹਨਾਂ ਨੇ ਆ ਕੇ ਸਾਡੀ ਬਾਂਹ ਫੜ ਲਈ। ਕਿਹਨੇ ਬਾਂਹ ਫੜ ਲਈ ਮਾਤਾ? ਮੈਨੂੰ ਨਹੀਂ ਪਤਾ ਲੱਗਿਆ, ਜੋ ਮੈਂ ਦੇਖਿਆ ਹੀ ਨਹੀਂ ਸੀ। ਇਹਨੂੰ ਕਹਿੰਦੇ ਪੈਸੇ ਮੇਰੇ ਹੱਥ ਚੋਂ ਫੜ ਕੇ ਇਹਨੂੰ ਕਹਿੰਦੇ ਕਾਰ 'ਚ ਬੈਠ। ਮੈਂ ਵੀ ਬਾਈਕ 'ਤੇ ਆਇਆ, ਮੋਟਰਸਾਈਕਲ 'ਤੇ ਆਇਆ, ਆਵਾਜ਼ ਮਾਰੀ ਆ ਗੱਡੀ ਉਰੇ ਲਿਆਓ, ਇਹਨੂੰ ਗੱਡੀ 'ਚ ਬਹਾ ਲਿਆ, ਮੇਰੇ ਹੱਥ ਚੋਂ ਪੈਸੇ ਮੰਗਦੇ। ਕਿੰਨੇ ਪੈਸੇ ਸੀ? ਮੇਰੇ ਕੋਲੇ ਸੀਗਾ 16,000 ਤੋਂ ਉੱਤੇ ਸੀਗਾ 600-700, ਉਹ ਮੈਂ ਨਹੀਂ ਗਿਣਿਆ, ਹਜੇ ਵੀ ਨਹੀਂ ਮੈਂ ਗਿਣਿਆ ਵੀ ਇਹਨਾਂ ਨੇ ਵਿੱਚ ਇੱਕ ਵੀ ਨਹੀਂ 10 ਦਾ ਨਾ 20 ਦਾ ਨੋਟ, 16,000 5-500 ਦੇ ਨੋਟ। ਤੁਸੀਂ ਪੈਸੇ ਕਾਹਦੇ ਵਾਸਤੇ ਲੈ ਕੇ ਖੜੇ ਸੀਗੇ? ਮੈਂ ਲੈ ਕੇ ਖੜੀ ਸੀ, ਇਹਨੇ ਕਿਸੇ ਤੋਂ ਫੜੇ ਸੀ, ਮੈਂ ਉਹਨੂੰ ਮੋੜਨੇ ਸੀ, ਉਹਨੂੰ ਮੋੜ ਤੇ 20,000 ਮੈਂ ਫੜ ਕੇ ਲਿਆਈ ਸੀ, 4,000 ਮੈਂ ਘਰੇ ਵਰਤ ਲਿਆ ਸੀ, 16,000। ਕੌਣ ਸੀ ਬੰਦੇ, ਕੋਈ ਜਾਣਦੇ ਹੋ ਜਿਹੜੇ ਤੁਹਾਡੇ ਕੋਲ ਲੈ ਕੇ ਗਏ ਜਾਂ ਕੋਈ ਹੋਰ ਜਿਹੜੇ ਪੈਸੇ ਲੈ ਕੇ ਖਾਤੋ? ਮੈਂ ਨਹੀਂ ਉਹਨਾਂ ਦੀ ਸ਼ਕਲ ਦੇਖੀ। ਸ਼ਕਲ ਪਹਿਲਾਂ ਕਦੇ ਦੇਖੀ ਕੋਈ ਨਾ? ਫਿਰ ਉਸ ਤੋਂ ਬਾਅਦ ਕੀ ਕੋਈ ਗੱਲਬਾਤ ਹੋਈ? ਉਹ ਇਹਨੂੰ ਗੱਡੀ 'ਚ ਵਾ ਕੇ ਲੈ ਗਏ, ਮੈਨੂੰ ਕੋਈ ਪਤਾ ਨਹੀਂ ਲੱਗੂ। ਅਸੀਂ 2-3 ਥਾਵਾਂ ਤੋਂ ਪਤਾ ਕੀਤਾ, ਕਹਿੰਦੇ CT ਨਹੀਂ ਆਇਆ, ਇੱਥੇ ਨਹੀਂ ਆਇਆ। ਸਾਨੂੰ ਪਤਾ ਲੱਗਿਆ 11:30-12 ਵਜੇ ਵੀ CT ਆ ਲੈਂਦੇ।
ਕਿੰਨੇ ਵਜੇ ਦੀ ਘਟਨਾ ਸੀਗੀ ਇਹ? ਇਹ ਹੋਊਗਾ 7 ਵੱਜ ਕੇ ਕੋਈ ਮਿੰਟ, ਪੁੱਤ ਨਾ ਮੈਂ ਪੜ੍ਹੀ ਨਾ ਮੈਂ ਕੋਈ ਟਾਈਮ ਵੇਖੀ। ਸ਼ਾਮ ਨੂੰ 7 ਵਜੇ। ਹਾਂਜੀ ਸਰ, ਮੇਰਾ ਨਾਮ ਜੋਗਿੰਦਰ ਮਗੋਲ ਹੈ, ਮੈਂ ਨਾਗਪਾਲ ਨਗਰ ਗਿਰਨ ਬਦਾਸ ਦਾ ਰਹਿਣ ਵਾਲਾ। ਇਹ ਦੋ ਕੱਲ੍ਹ ਮੇਰੀ ਦੁਕਾਨ 'ਤੇ ਦੋ ਜਣੇ ਆਏ, ਇੱਕ ਮੋਟਰਸਾਈਕਲ 'ਤੇ ਸੀ, ਇੱਕ ਕਾਰ 'ਤੇ ਸੀ, ਅਤੇ ਦੂਜਾ ਹੀ ਉਹਨੇ ਆ ਕੇ, ਮੈਂ ਆਪਣੀ ਮਾਂ ਨਾਲ ਪੈਸੇ, ਕਿਹੜੀ ਤਰੀਕ ਦੀ ਸੀ? ਇਹ 21 ਤਰੀਕ ਸ਼ਾਮ ਨੂੰ 7 ਵਜੇ 7 ਮਿੰਟ 5 ਮਿੰਟ ਉੱਤੇ ਹੋਣ, ਜਦ ਉਹ ਦੂਜੀ ਹੋਣ 7 ਵਜੇ ਤੋਂ, ਉਦੋਂ ਦੀ ਘਟਨਾ ਜੀ। ਇਹ ਆਏ ਤੇ ਨਾ ਟੋਪੀ ਵਾਲੇ ਨੇ ਮੇਰਾ ਹੱਥ ਫੜਿਆ, ਇੱਕ ਟੋਪੀ ਮੋਟਰਸਾਈਕਲ 'ਤੇ ਆਇਆ, ਉਹਨੇ ਮੇਰਾ ਹੱਥ ਫੜ ਕੇ ਮੇਰੀ ਮਾਂ ਦੇ ਹੱਥੋਂ ਪੈਸੇ ਫੜੇ, ਅਤੇ ਮੈਂ ਕਿਹਾ ਤੁਸੀਂ ਕੌਣ ਹੋ ਭਾਈ ਸਾਹਿਬ, ਕੀ ਗੱਲ ਕੀ ਹੈ? ਉਹ ਕਹਿੰਦੇ ਚੁੱਪ ਕਰਕੇ ਬਹਿ ਜਾ ਕਾਰ ਦੇ ਵਿੱਚ, ਮੈਨੂੰ ਕੋਈ ਗੱਲ ਨਹੀਂ ਦੱਸੀ, ਕੋਈ ਕੁਛ ਨਹੀਂ, ਕਹਿੰਦੇ ਕਾਰ 'ਤੇ ਬਹਿ ਜਾ, ਤੈਨੂੰ ਜਨਾਬ ਨੇ ਯਾਦ ਕੀਤਾ, ਅਤੇ ਮੈਨੂੰ ਕਹਿੰਦੇ ਮੈਂ ਬਹਿੰਦਾ ਨਹੀਂ, ਮੈਨੂੰ ਗਾਲੀ ਗਲੋਚ ਕੀਤੀ, ਅਤੇ ਮੈਨੂੰ ਕਹਿੰਦੇ ਬਹਿ ਜਾ ਇੱਥੇ ਬਜ਼ਾਰ ਚੱਲ ਜਲੂਸ ਨਹੀਂ ਕਰਾਉਣਾ, ਤੈਨੂੰ ਸਾਹਿਬ ਨੇ ਤੈਨੂੰ ਵੀ ਯਾਦ ਕੀਤਾ। ਮੈਂ ਜਾਂਦੇ ਹੋਏ ਗੱਡੀ ਦੇ ਵਿੱਚ ਬਹਿ ਗਿਆ, ਉਹਨੇ ਪੈਸੇ ਫੜ ਕੇ ਅੱਗੇ ਕਾਰ ਦੇ ਵਿੱਚ ਡੈਸ਼ਬੋਰਡ 'ਚ ਰੱਖਤੇ ਹੈ, ਅਤੇ ਮੈਨੂੰ ਇੱਥੋਂ ਲੈ ਗਏ, ਅਤੇ ਮੈਨੂੰ ਸਿਟੀ ਨਹੀਂ ਲੈ ਗਏ, ਉਹ ਪਰਾਂ ਕਿਤੇ ਬਾਹਰ ਕੁਆਟਰ 'ਚ ਲੈ ਗਏ, ਸਾਹਿਬ ਦਾ ਕੁਆਟਰ ਹੈ ਉੱਥੇ ਜੀ। ਅਤੇ ਰਾਤ ਨੂੰ ਕੋਈ 10 ਸਾਢੇ 10 ਵਜੇ ਮੈਨੂੰ ਕਹਿੰਦੇ ਜੀ ਤੇਰੇ 'ਤੇ ਦੂਜਾ ਲਾਟਰੀ ਐਕਟ ਲਾਇਆ ਗਿਆ ਹੈ, ਅਤੇ ਦੂਜਾ ਇੱਦਾਂ ਹੀ, ਅਤੇ ਸੁਬਹਾ ਮੇਰੇ ਘਰ ਸੁਬਹਾ ਦੱਸਿਆ ਗਿਆ, ਰਾਤ ਨੂੰ ਇਹਨਾਂ ਨੂੰ ਦੱਸਿਆ, ਪਤਾ ਲੱਗਿਆ ਵੀ ਰਾਤ ਨੂੰ ਘਰ ਵੀ ਸਿਟੀ ਹੈ, ਅਤੇ ਸੁਬਹਾ ਇਹਨਾਂ ਨੂੰ ਪਤਾ ਲੱਗਿਆ ਵੀ ਸਵੇਰੇ ਦੱਸਿਆ ਜੀ, ਅਤੇ ਮੇਰੇ ਸਵੇਰੇ ਚਪੇੜੇ ਮਾਰ ਕੇ ਵੀ ਇਹਨਾਂ ਨੇ ਵੀਡੀਓ ਬਣਵਾਈ ਹੈ, ਤੂੰ ਲਾਟਰੀਆਂ ਟਿਕਟਾਂ ਵੇਚਦਾ, ਉਹ ਕਰਦਾ ਥਾਣੇਦਾਰ ਨੂੰ, ਅਤੇ ਉਹ ਸਿਟੀ ਦੀਆਂ 22 ਤਰੀਕ ਦੀਆਂ, 21 ਨੂੰ ਮੇਰੇ 'ਤੇ ਬੱਚਾ ਵਾ, ਅਤੇ 22 ਨੂੰ ਹੋਇਆ ਜੀ ਇਹ, ਅਤੇ ਇਹਨਾਂ ਨੇ ਐਂ ਕੀਤੀ, ਅਤੇ ਮੁੜ ਕੇ ਮੈਨੂੰ ਦੂਜਾ ਜੱਜ ਦੇ ਪੇਸ਼ ਕੀਤਾ ਗਿਆ, ਅਤੇ ਮੈਂ ਜੱਜ ਸਾਹਿਬ ਕੋਈ ਜ਼ਿਆਦਾ ਰੋਣਾ ਰੋਇਆ ਜੀ, ਮੇਰੇ 'ਤੇ ਧੱਕਾ ਕੀਤਾ ਗਿਆ, ਮੇਰੇ 'ਤੇ ਲਾਟਰੀ ਐਕਟ ਨਜਾਇਜ਼ ਲਾਈ ਗਈ ਹੈ, ਅਤੇ ਇਹਨੂੰ ਵੀ ਪਰਚੇ ਨੂੰ ਖਾਰਜ ਹੋਣਾ ਚਾਹੀਦਾ, ਅਤੇ ਮੇਰੇ 'ਤੇ ਨਜਾਇਜ਼ ਧੱਕਾ ਕੀਤਾ, ਇਹਦਾ ਮੈਨੂੰ ਵੀ ਇਹਦਾ ਸਾਰਾ ਜੀ ਪਤਾ ਹੋਣਾ ਚਾਹੀਦਾ ਵੀ ਕਿਉਂ ਕੀਤਾ ਗਿਆ ਮੇਰੇ ਨਾਲ ਧੱਕਾ, ਕਿਸ ਵਾਸਤੇ ਕੀਤਾ ਗਿਆ। ਆਪਣੇ ਕੀ ਹੁਣ ਕਿੰਨੇ ਪੈਸੇ ਕਿਤੇ ਸੀ? ਇਹ 16,000 ਰੁਪਇਆ ਸੀਗਾ ਜੀ, 16,000 ਰੁਪਇਆ ਮੇਰੀ ਮਾਤਾ ਦੇ ਹੱਥੋਂ ਫੜਿਆ, 310 ਰੁਪਏ ਕਾਰ ਦੇ ਵਿੱਚ ਮੇਰੇ ਤੋਂ ਲਏ, ਅਤੇ ਮੈਨੂੰ ਕਹਿੰਦੇ ਉਹਨਾਂ ਵਿੱਚ ਹੀ ਰੱਖਦੇ ਉਹ, ਐਂ ਉਂਗਲ ਕਰਕੇ ਕਿਹਾ, ਜਿੱਥੇ 16,000 ਰੁਪਇਆ ਪਿਆ ਉਹਦੇ ਉੱਤੇ ਮੈਂ ਇੱਕ 200 ਦਾ, ਇੱਕ 100 ਦਾ, ਇੱਕ 10 ਦਾ ਨੋਟ ਰੱਖਿਆ, ਉਹ ਵਿੱਚ ਰੱਖ ਲਿਆ, ਅਤੇ ਮੇਰੇ 'ਤੇ 880 ਰੁਪਇਆਂ ਦੀ ਲਾਟਰੀ ਐਕਟ ਲਾਇਆ ਗਿਆ, ਅਤੇ ਟਿਕਟਾਂ ਵੀ ਉਹ ਲਾਈਆਂ ਗਈਆਂ ਜਿਹੜੀਆਂ ਪੰਜਾਬ, ਕਹਿੰਦੇ ਮੁਕਤਸਰ ਜ਼ਿਲ੍ਹੇ ਬੰਦ ਹੈ, ਟਿਕਟਾਂ ਉਹ ਪਾਈਆਂ ਗਈਆਂ ਜਿਹੜੀਆਂ ਆਪਣੇ ਜ਼ਿਲ੍ਹੇ ਵਿੱਚੋਂ ਕਿਤੋਂ ਮਰਜ਼ੀ 25-150 ਰੁਪਏ ਨੇ, 25 ਟਿਕਟਾਂ ਜਿਹੜੇ ਮਰਜ਼ੀ ਲਾਟਰੀ ਸਟਾਲ ਤੋਂ ਤੁਸੀਂ ਲੈ ਚੱਲਦੇ ਹੋ, ਪੰਜਾਬ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ, ਬੰਦ ਅਗਰ ਜ਼ਿਲ੍ਹੇ 'ਚ ਬੰਦ ਹੈ ਤਾਂ ਪੰਜਾਬ ਆਪਣੇ ਮਲੋਟ ਵੇਖ ਕਿਉਂ ਰਹੀਆਂ ਜੀ, ਮਲੋਟ ਕਿਹੜੇ ਮਰਜ਼ੀ ਸਟਾਲ ਤੋਂ ਲੈ ਸਕਦੇ? ਕਿਹੜੇ ਕਿਹੜੇ ਮੁਲਾਜ਼ਮ ਸੀ ਤੁਸੀਂ ਜਾਣਦੇ ਹੋ? ਮੈਂ ਉਹਨਾਂ ਨੂੰ ਪਹਿਲਾਂ ਨਹੀਂ ਜਾਣਦਾ ਸੀ, ਇਹ ਸਾਹਿਬ ਨਾਲ ਨਵੇਂ ਆਏ ਸੀ, ਇੱਕ 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 ਜਿਹੜਾ ਦੂਜਾ ਸੀ ਉਹ ਮੈਨੂੰ ਕਹਿੰਦਾ ਸਾਹਿਬ ਨੂੰ ਜਾ ਕੇ ਦੱਸਾਂਗਾ, ਉਹ ਹੈਪੀ ਸੀ ਜੀ, ਅਤੇ ਮੁੜ ਕੇ ਦੂਜਿਆਂ ਨਾਲ ਮੈਨੂੰ ਉੱਥੇ ਜਾ ਕੇ ਦੱਸਿਆ ਵਰਿੰਦਰ ਹੈ ਜੀ, ਸਾਹਿਬ ਦੇ ਨਾਲ ਆਇਆ, ਵਰਿੰਦਰ ਹੈ ਨਾਂ ਦੱਸਿਆ ਜੀ, ਸਾਹਿਬ ਦੇ ਨਾਲ ਉਹ ਮੁਖਰੋਂ ਆਇਆ ਜੀ। ਕਿੰਨੇ ਬੰਦੇ ਕਿੰਨੇ ਸੀ? ਇਹ 2 ਹੀ ਸੀਗੇ ਜੀ, 2 ਹੀ ਬੰਦੇ। ਹਾਂਜੀ, ਇਹਨਾਂ ਨੇ ਮੈਨੂੰ ਰਾਤ ਸਾਰੀ ਰਾਤ ਥਾਣੇ ਨਹੀਂ, ਰਾਤੀ 11:30-11 ਵਜੇ ਲੈ ਗਏ, ਅਤੇ ਮੇਰੇ ਚਪੇੜਾਂ ਮਾਰੀਆਂ, ਮੇਰੇ ਥੱਪੜ ਮਾਰੇ ਆ, ਅਤੇ ਮੈਨੂੰ ਇਹਨਾਂ ਨੇ ਕੀਤਾ ਜਲੀਲ ਕੀਤਾ ਚੰਗੀ ਤਰ੍ਹਾਂ, ਅਤੇ ਅਗਲੇ ਦਿਨ ਜਦੋਂ ਜੱਜ ਸਾਹਿਬ ਨੇ ਰੜੀ ਦਿੱਤੀ 1 ਦਿਨ ਦੀ, ਮੈਨੂੰ ਉੱਥੇ ਨਹੀਂ ਛੱਡ ਕੇ, ਮੈਨੂੰ ਰਾਹਦਾਰੀ 'ਚ ਫਿਰ ਸਿਟੀ 'ਚ ਰੱਖਿਆ, ਅਤੇ ਉੱਥੇ ਹੈਪੀ ਨੇ ਆ ਕੇ ਮੈਨੂੰ ਪੁੱਛਿਆ ਵੀ ਦੂਜਾ ਜੀ ਤੇਰੇ ਨਾਲ ਅਸੀਂ ਕੀ ਧੱਕਾ ਕੀਤਾ ਜੱਜ ਸਾਹਿਬ ਨੂੰ, ਕਹਿੰਦੇ ਮੈਂ ਜੀ ਇਹ ਧੱਕਾ ਨਹੀਂ ਗਾ ਵੀ ਤੁਸੀਂ ਬਾਹਰ ਖੜੇ ਹੋ, ਮੈਂ ਅੰਦਰ ਬੈਠਾ, ਇਸ ਉੱਤੇ ਉਹ ਧੱਕਾ ਮੇਰੇ ਨਾਲ ਕੀ ਕਰੂੰ, ਇਸ ਉੱਤੇ ਕਾਰਵਾਈ ਕੀ ਕਰੂੰ, ਮੈਂ ਗੱਲ ਜ਼ਰੂਰ ਕਹੀ ਵੀ ਮੇਰੇ ਨਾਲ ਨਿਆਂ ਧੱਕਾ ਹੀ ਹੈ, ਹੋਰ ਕੀ ਹੈ ਦੱਸੋ ਜੀ, ਮੈਂ ਕੀਤਾ ਕੀ ਸੀ, ਮੈਂ ਕਰੀ ਕੀ ਜਾਂਦਾ ਜੀ, ਨਾ ਤੁਸੀਂ ਮੇਰੀ ਦੁਕਾਨ ਦੀ ਤਲਾਸ਼ੀ ਲਈ, ਨਾ ਕੁਛ ਕੀਤਾ, ਨਾ ਕੋਈ ਪਕੜਿਆ, ਮੈਨੂੰ ਬਾਹਰੋਂ ਬਾਂਹ ਫੜ ਕੇ ਲੈ ਕੇ ਆਏ ਸਾਹਿਬ ਨਾਲ ਗੱਲ ਕਰਾਉਣ ਦੀ, ਜਨਾਬ ਨੇ ਯਾਦ ਕੀਤਾ ਆਹ ਗੱਲ ਕਹੀ ਸੀ, ਜਨਾਬ ਨੇ ਆਹ ਯਾਦ ਕੀਤਾ, ਜਨਾਬ ਮੈਨੂੰ 2 ਦਿਨ ਹੋ ਗਏ ਮੱਥੇ ਨਹੀਂ ਲੱਗੇ, ਨਾ ਮੈਨੂੰ ਇੱਕ ਵਾਰੀ ਗੱਲ ਵੀ ਨਹੀਂ ਕੀਤੀ, ਨਹੀਂ ਇਸ ਤੋਂ ਲੱਕ ਬੰਦਾ ਹੈ, ਕਿਸੇ ਪਰਚਾ ਕੱਟਿਆ ਉਹਨੂੰ ਬੁਲਾ ਕੇ ਪੁੱਛਦਾ ਹੈ, ਮੈਨੂੰ ਕਿਸੇ ਨੇ ਕੁਛ ਨਹੀਂ ਪੁੱਛਿਆ, ਕੋਈ ਗੱਲਬਾਤ ਨਹੀਂ ਕੀਤੀ। ਕੀ ਕਾਰਨ ਕੀ ਮੰਨਦੇ ਤੁਸੀਂ, ਕੀ ਹੋ ਸਕਦਾ ਕੋਈ? ਇਹ ਕੁਛ ਵੀ ਮੈਂ ਮੈਨੂੰ ਨਹੀਂ ਪਤਾ ਕੀ ਰੰਜਿਸ਼ ਹੈ, ਕੀ ਹੈ, ਕਿਸੇ ਰੰਜਿਸ਼ ਨਾਲ ਕੀਤਾ ਜਾਂ ਪੁਲਿਸ ਨੇ ਕਿਸੇ ਰੰਜਿਸ਼ ਦੇ ਕਹਿਣ 'ਤੇ ਕੀਤਾ ਜਾਂ ਕੁਛ ਕੀਤਾ, ਮੈਨੂੰ ਨਹੀਂ ਪਤਾ ਜੀ, ਵੀ ਐਂ ਕੀਤਾ ਜੀ। ਕੀ ਤੁਹਾਡੇ ਤੋਂ ਕੋਈ ਪਹਿਲਾਂ ਵੀ? ਪਹਿਲਾਂ ਪਰਚੇ ਹੈਗੇ ਸੀ, ਮੈਨੂੰ ਕੰਮ ਛੱਡਿਆ ਹੋਇਆ ਜੀ, ਮੈਨੂੰ ਅੱਜ ਮਹੀਨਾ
ਸਵਾ ਮਹੀਨਾ ਹੋਇਆ ਕੰਮ ਛੱਡੇ ਹੋਏ ਨੂੰ, ਜ਼ਿਆਦਾ ਹੀ ਹੋ ਗਿਆ ਹੋਣਾ ਜੀ, ਛੇ ਵੀ ਮਹੀਨੇ ਸਵਾ। ਮੈਡਮ ਨੇ ਇੱਕ ਮੈਡਮ ਆਈ, ਉਹਨਾਂ ਬੰਦ ਕਰਾਏ ਹੋਏ ਸੀ ਸਾਰਿਆਂ ਨੇ, ਕਿਹਾ ਹੋਇਆ ਬੰਦ ਹੈ, ਸੱਟਾਂ ਨਹੀਂ ਚੱਲੂ, ਲਾਟਰੀ ਐਕਟ ਸਾਰੇ ਜ਼ਿਲ੍ਹੇ 'ਚ ਬੰਦ ਹੈ ਜੀ। ਅਭੀ ਜ਼ਿਲ੍ਹੇ 'ਚ ਲਾਟਰੀ ਐਕਟ ਵੀ ਬੰਦ ਹੈ ਅਤੇ ਦੂਜੀ ਸੱਟਾਂ ਵੀ ਬੰਦ ਹੈ, ਪਰ ਮੇਰੇ 'ਤੇ ਨਿਆਂ ਸੱਟਾ ਪਾਇਆ ਗਿਆ, ਕੋਈ ਪਕੜਿਆ ਨਹੀਂ, ਕੀਤਾ ਨਹੀਂ, ਨਿਆਂ ਧੱਕਾ ਕੀਤਾ। 880 ਰੁਪਏ ਪਰਚੀ ਪਾਈ ਹੈ, 16,300 ਰੁਪਇਆ ਫੜਿਆ ਸਭ, ਤਿੰਨ ਸੌ ਦਸ ਕੋਈ ਰੁਪਏ ਹੈਗੇ ਪਰਚੇ ਹੈਗੇ ਜੀ। ਉਹ ਜੱਜ ਸਾਹਿਬ ਨੇ ਪਹਿਲਾਂ ਮੈਨੂੰ ਬਰੀ ਕੀਤਾ ਹੋਇਆ ਅਤੇ ਦੋ ਚੱਲੀ ਜਾਂਦੇ ਉੱਥੇ ਕੋਰਟ ਦੇ ਵਿੱਚ ਹੈ ਜੀ, ਉਹ ਫੈਸਲਾ ਆਉਣ 'ਤੇ ਪਤਾ ਲੱਗੂ ਕੀ ਹੁੰਦਾ ਜੀ।